ਸਵਰਗਵਾਸੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ ਜੋ ਜੰਡਿਆਲਾ ਤੋਂ ਬੜਾ ਪਿੰਡ ਤੱਕ ਹੈ ਉਸ ਨੂੰ ਬਣਾਉਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਇਲਾਕਾ ਨਿਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ, ਪਰ ਸਰਕਾਰਾਂ 'ਤੇ ਇਸ ਦਾ ਕੋਈ ਵੀ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜਿਸ ਤੋਂ ਅੱਕ ਕੇ ਅੱਜ ਇਲਾਕਾ ਨਿਵਾਸੀਆਂ ਵੱਲੋਂ ਰੋੜਕਾ ਕਲਾਂ ਵਿਖੇ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ, ਜਿਸ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਬੁਲਾਰਿਆਂ ਵਿੱਚ ਗਿਆਨੀ ਪਵਿੱਤਰ ਸਿੰਘ ਖਾਲਸਾ, ਡਾਕਟਰ ਲੇਖਰਾਮ ਲਵਲੀ, ਸੰਤੋਖ ਸਿੰਘ ਬੈਲਗਾ, ਜਗਮਿੰਦਰਪਾਲ ਸਿੰਘ ਸੰਧੂ, ਸੁਸ਼ੀਲ ਕੁਮਾਰ ਵੈਦੀ, ਗੁਰਵਿੰਦਰ ਸਿੰਘ ਲੰਬੜਦਾਰ, ਸ਼ਿਵ ਕੁਮਾਰ ਤਿਵਾੜੀ ਅਤੇ ਦਵਿੰਦਰ ਸਿੰਘ ਖਾਲਸਾ ਸ਼ਾਮਲ ਸਨ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਸਰਕਾਰ ਵੱਲੋਂ ਇਸ ਸੜਕ ਦੀ ਕੀਤੀ ਜਾ ਰਹੀ ਅਣਦੇਖੀ 'ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸੜਕ ਨੂੰ ਨਾ ਬਣਾਉਣਾ ਸਰਕਾਰ ਦੀ ਵੱਡੀ ਨਾਕਾਮੀ ਹੈ। ਜਲੰਧਰ ਲੋਕ ਸਭਾ ਵਾਈ ਚੋਣ ਵਿੱਚ ਮੁੱਖ ਮੰਤਰੀ ਵੱਲੋਂ ਇਸ ਸੜਕ ਨੂੰ ਸਤੰਬਰ ਮਹੀਨੇ ਵਿੱਚ ਹੀ ਪੂਰਾ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਉਹ ਵਾਅਦਾ ਵੀ ਵਫਾ ਨਹੀਂ ਹੋ ਸਕਿਆ। ਇਸ ਕਰਕੇ ਜੋ ਅਖਬਾਰਾਂ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਸੜਕ ਨੂੰ ਜਲਦੀ ਬਣਾਉਣ ਦੇ ਬਿਆਨ ਦੇ ਰਹੇ ਹਨ, ਉਹਨਾਂ 'ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ? ਬੁਲਾਰਿਆਂ ਨੇ ਕਿਹਾ ਕਿ ਇਸ ਸੜਕ ਤੋਂ ਗੁਜ਼ਰਨਾ ਕਿਸੇ ਵੀ ਦਰਦਨਾਕ ਪੀੜਾ ਤੋਂ ਘੱਟ ਨਹੀਂ ਹੈ, ਪਰ ਲੋਕਾਂ ਦੀ ਇਹ ਪੀੜ ਸਰਕਾਰ ਨੂੰ ਮਹਿਸੂਸ ਨਹੀਂ ਹੋ ਰਹੀ। ਆਗੂਆਂ ਨੇ ਬੀਤੇ ਕੱਲ੍ਹ ਸੜਕ 'ਤੇ ਕੀਤੀ ਗਈ ਆਰਜ਼ੀ ਲੇਪਾ ਪੂਚੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਰਕਾਰ ਅਤੇ ਸੰਬੰਧਿਤ ਅਧਿਕਾਰੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ। ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਸਰਕਾਰ ਇਸ ਤੋਂ ਭੱਜ ਨਹੀਂ ਸਕਦੀ। ਪਿਛਲੇ ਕਈ ਸਾਲਾਂ ਤੋਂ ਇਸ ਸੜਕ 'ਤੇ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਚੁੱਕੇ ਨਾਗਰਿਕਾਂ ਪ੍ਰਤੀ ਸਰਕਾਰ ਕਿੰਨੀ ਕੁ ਸੰਵੇਦਨਸ਼ੀਲ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਅੱਜ ਲਗਾਏ ਗਏ ਇਸ ਰੋਸ ਧਰਨੇ ਵਿੱਚ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਆ ਕੇ ਲੋਕਾਂ ਨੂੰ ਸੜਕ ਬਣਾਏ ਜਾਣ ਦਾ ਭਰੋਸਾ ਤੱਕ ਨਹੀਂ ਦਿੱਤਾ ਗਿਆ। ਇਸ ਕਰਕੇ ਆਗੂਆਂ ਵੱਲੋਂ ਅਗਲੇ ਐਕਸ਼ਨ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ 1 ਮਾਰਚ ਤੱਕ ਸੜਕ ਨਾ ਬਣਾਈ ਗਈ ਤਾਂ ਹਲਕੇ ਦੇ ਲੋਕਾਂ ਨੂੰ ਇਕੱਠੇ ਕਰਕੇ SDM ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਸੜਕ ਬਣਾਏ ਜਾਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ 'ਤੇ ਰਜਿੰਦਰ ਕੁਮਾਰ ਬਿੱਟੂ ਸਰਪੰਚ ਭਾਰਤ ਬਾਜੀਆਂ, ਕੁਲਵੰਤ ਸਿੰਘ ਸਾਬਕਾ ਸਰਪੰਚ ਤੱਖੜ, ਰੇਸ਼ਮ ਲਾਲ ਸਰਪੰਚ ਕਮਾਲਪੁਰ, ਲੇਖਰਾਜ ਚੌਂਕੜੀਆ, ਤਰਸੇਮ ਸਿੰਘ ਮੈਂਬਰ ਬਲਾਕ ਸੰਮਤੀ, ਮਹਿੰਦਰ ਸਿੰਘ ਪੰਚ, ਚਰਨਜੀਤ ਸਿੰਘ ਸੰਧੂ, ਅਮਰੀਕ ਸਿੰਘ ਸੰਧੂ, ਜਗਦੀਪ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਸੰਧੂ, ਸ਼ਾਮ ਸੁੰਦਰ ਮੈਣੀ, ਰੇਸ਼ਮ ਸਿੰਘ ਬੀੜਵਾਸੀਆਂ, ਸੁਰਿੰਦਰ ਸਿੰਘ ਰੋੜਕੀ, ਪ੍ਰਦੀਪ ਸਿੰਘ ਸੱਗੂ, ਮਦਨ ਲਾਲ, ਤਰਸੇਮ ਲਾਲ, ਸੰਜੀਵ ਨਾਗਪਾਲ, ਲੈਂਬੜ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ। ਪਰੰਤੂ ਸਰਕਾਰ ਇੰਨੀ ਅਵੇਸਲੀ ਆ, ਬੇਸ਼ੱਕ ਜਿੰਨੇ ਮਰਜ਼ੀ ਰੌਲਾ ਪਾਈ ਜਾਂਦੇ ਆ, ਭਗਵੰਤ ਮਾਨ ਆਪ ਕੇ ਦੁਆਰ, ਪੰਜਾਬ ਸਰਕਾਰ ਆਪ ਕੇ ਦੁਆਰ, ਇਹ ਕੋਈ ਮਤਲਬ ਚਰਚਾ ਦਾ ਵਿਸ਼ਾ ਜ਼ਰੂਰ ਹੈਗਾ, TV 'ਤੇ ਆਪਣੀ ਐਡ ਕਰਾਉਣ ਦੀ ਗੱਲ ਹੈਗੀ ਆ, ਪਰੰਤੂ ਸਰਕਾਰ ਕਿਤੇ ਦਿਸ ਨਹੀਂ ਰਹੀ। ਅੱਜ ਦੇ ਧਰਨੇ 'ਚ ਅਸੀਂ ਸੰਕੇਤਕ ਧਰਨਾ ਇਹ ਐਲਾਨ ਕੀਤਾ ਸੀ ਵੀ ਅਸੀਂ ਸੰਕੇਤ ਦਿੱਤਾ ਵੀ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਸੜਕ ਦਾ ਕੋਈ ਹੱਲ ਨਾ ਕੀਤਾ ਤਾਂ ਫਿਰ ਅਸੀਂ ਅਗਲੇ ਐਕਸ਼ਨ ਲਈ, ਤਿੱਖੇ ਐਕਸ਼ਨ ਲਈ ਕੋਈ ਕਦਮ ਪੁੱਟਾਂਗੇ। ਜਿਹਦੇ ਸੰਬੰਧ 'ਚ ਅਸੀਂ ਅੱਜ ਫੈਸਲਾ ਕਰ ਲਿਆ, ਸਾਰੀਆਂ ਰਾਜਨੀਤਿਕ ਅਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਵੀ ਅੱਜ ਦੇ ਸੰਕੇਤਕ ਧਰਨੇ ਤੋਂ ਬਾਅਦ ਜੇ ਹੁਣ ਇਹ ਸੜਕ ਦਾ ਕੰਮ ਜਿਹੜਾ ਉਹ 29 ਫਰਵਰੀ ਤੱਕ ਨਾ ਕੰਪਲੀਟ ਕੀਤਾ ਗਿਆ, ਨਾ ਬਣਾਈ ਗਈ ਸੜਕ ਇਹ, ਤਾਂ ਅਸੀਂ 1 ਮਾਰਚ ਨੂੰ SDM ਦਫ਼ਤਰ ਦਾ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਘਿਰਾਓ ਕਰਾਂਗੇ, ਜਿਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਸ਼ਾਸਨ ਦੀ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 12 ਫਰਵਰੀ ਨੂੰ ਜੋ ਕਿ ਸਮੂਹਿਕ ਰਾਜਨੀਤਿਕ ਧਿਰਾਂ ਅਤੇ ਨਾਲ ਹੀ ਸਾਰੀਆਂ ਸਮਾਜਿਕ ਜਥੇਬੰਦੀਆਂ, ਜਮਹੂਰੀ
ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਚੰਡਿਆਲਾ ਤੋਂ ਬੜੇ ਪਿੰਡ ਤਾਈ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ, ਜਿਹਦੇ ਵਿੱਚ ਬੜਾਲੇ ਤੋਂ ਲੈ ਕੇ ਬੜੇ ਪਿੰਡ ਦੇ ਵਿੱਚ ਦਾ ਜਿਹੜਾ ਏਰੀਆ ਬਹੁਤ ਜ਼ਿਆਦਾ ਵੱਡੇ ਵੱਡੇ ਖੱਡੇ ਰੋਡ 'ਤੇ ਬਣ ਚੁੱਕੇ ਹੈ। ਉਹ ਸੜਕ ਨੂੰ ਬਣਾਉਣ ਦੇ ਲਈ ਇੱਕ ਸਾਂਝੇ ਤੌਰ 'ਤੇ ਜੋ ਧਰਨਾ ਰੁਟਕਾ ਕਲਾਂ ਦੇ ਅੱਡੇ 'ਤੇ ਦਿੱਤਾ ਗਿਆ ਸੀ, ਅਤੇ ਕੁਛ ਕੁ ਤਾਕਤਾਂ ਵੱਲੋਂ ਜਿਵੇਂ ਕਿ ਆਪਾਂ ਦੇਖਿਆ ਵੀ ਕੱਲ੍ਹ ਪਰਸੋਂ ਗੁੰਮਰਾਹ ਵੀ ਕੀਤਾ ਗਿਆ ਸਰਕਾਰ ਦੇ ਨਾਲ ਰਲ ਮਿਲ ਕੇ, ਥੋੜ੍ਹਾ ਜਿਹਾ ਵੱਟੇ ਸਟਾ ਕੇ ਵੀ ਇਹ ਰੋਡ ਬਣ ਚੁੱਕਾ ਜਾਂ ਬਣਨਾ ਸ਼ੁਰੂ ਹੋ ਚੁੱਕਾ। ਉਹਦੇ ਮੱਦੇਨਜ਼ਰ ਅੱਜ ਕੋਈ ਵੀ ਸਰਕਾਰੀ ਅਧਿਕਾਰੀ ਇਸ ਧਰਨੇ ਦੇ ਵਿੱਚ ਨਹੀਂ ਆ ਗਏ, ਜਿਨ੍ਹਾਂ ਨੇ ਇਹ ਸਾਡੇ ਤੋਂ ਕੋਈ ਮੰਗ ਪੱਤਰ ਨਹੀਂ ਲਿਆ, ਅਤੇ ਜਿਹਦੇ ਨਾਲ ਸਾਬਤ ਹੁੰਦਾ ਕਿ ਵਾਕਈ ਇਹ ਸਰਕਾਰਾਂ ਜਾਂ ਇਹ ਢਾਂਚਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਸੋ ਉਹਦੇ ਮੱਦੇਨਜ਼ਰ ਜਿਹੜੀ ਅਗਲੀ ਰਣਨੀਤੀ ਤੈਅ ਕੀਤੀ ਗਈ ਆ ਉਹ 1 ਮਾਰਚ ਨੂੰ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ 1 ਮਾਰਚ ਨੂੰ ਗੌਰ ਵਿਖੇ SDM ਦਫ਼ਤਰ ਦਾ ਸਾਂਝੇ ਤੌਰ 'ਤੇ ਘਿਰਾਓ ਕੀਤਾ ਜਾਊਗਾ, ਜੇ ਸੜਕ ਦਾ ਕੰਮ ਉਸ ਤੋਂ ਪਹਿਲਾਂ 1 ਮਾਰਚ ਨੂੰ ਕੰਪਲੀਟ ਨਹੀਂ ਹੁੰਦਾ। ਸੋ ਸਾਰਿਆਂ ਪੈਂਦੀਆਂ ਪੰਚਾਇਤਾਂ, ਸਾਰੇ ਪਿੰਡਾਂ ਇਲਾਕੇ ਦੀਆਂ ਪੰਚਾਇਤਾਂ ਨੂੰ, ਸਮਾਜਿਕ ਜਥੇਬੰਦੀਆਂ ਨੂੰ, ਰਾਜਨੀਤਿਕ ਧਿਰਾਂ ਨੂੰ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਅੱਗੇ ਵਧਣ ਲਈ ਮੈਂ ਆਪਣੇ ਵੱਲੋਂ ਅਪੀਲ ਕਰਦਾ ਅਤੇ ਸਾਰਿਆਂ ਦੇ ਅੱਜ ਦੇ ਧਰਨੇ 'ਤੇ ਆਉਂਦੇ ਬਹੁਤ ਬਹੁਤ ਧੰਨਵਾਦ। ਕੱਲ੍ਹ ਤੁਸੀਂ ਦੇਖਿਆ ਕਿ ਮਸ਼ੀਨਰੀ ਆ ਗਈ ਸੀਗੀ, ਤਾਂ ਮਸ਼ੀਨਰੀ ਲੱਗੀ ਵੀ ਸੀ ਪਰ ਅੱਜ ਮਸ਼ੀਨਰੀ ਅੱਜ ਉਹ ਮਸ਼ੀਨਰੀ ਦੇਖ ਲਈ ਨਹੀਂ ਪਈ। ਮੈਂ ਇਸ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਕੁਛ ਕੁ ਪਰਸਨਾਂ ਵੱਲੋਂ ਇਸ ਸਰਕਾਰੀ ਢਾਂਚੇ ਨਾਲ ਜਾਂ ਸਰਕਾਰ ਨਾਲ ਰਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਹ ਯਤਨ ਕੀਤਾ ਗਿਆ ਤਾਂ ਕਿ ਅੱਜ ਦਾ ਧਰਨਾ ਜੋ ਕੈਂਸਲ ਹੋ ਸਕੇ। ਪਰ ਤੁਸੀਂ ਆਪ ਸਾਫ ਦੇ ਸਕਦੇ ਹਾਂ ਕਿ ਜਿਹੜੇ ਲੋਕਾਂ ਨੂੰ ਦਿਖਾਵਾ ਕਰਨ ਦੇ ਲਈ ਕਈ ਲੋਕ ਉਹ ਪੋਸਟਾਂ ਵੀ ਪਾ ਰਹੇ ਸੀ ਕਿ ਯਾਰ ਇੱਕੋ ਜਿਹੀ ਮਸ਼ੀਨਰੀ ਆ ਗਈ ਅਤੇ ਕੰਮ ਸ਼ੁਰੂ ਹੋ ਗਿਆ, ਜੇ ਉਹ ਕੰਮ ਸ਼ੁਰੂ ਹੋ ਗਿਆ ਅਤੇ ਅੱਜ ਉਹ ਮਸ਼ੀਨਰੀ ਕਿੱਥੇ ਆ? ਕਿਤੇ ਵੀ ਵਾਕਈ ਇਹ ਗੱਲ ਸਰਕਾਰਾਂ ਕਿਸੇ ਦੀਆਂ ਸਕੀਆਂ ਨਹੀਂ ਅਤੇ ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸਾਨੂੰ ਵਾਕਈ ਇਕੱਠੇ ਹੋ ਕੇ ਆਪਣੇ ਲੋਕ ਸੰਘਰਸ਼ ਨੂੰ ਅੱਗੇ ਵਿੰਡਣ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਨੂੰ ਨਿਰੰਤਰ ਜਾਰੀ ਕਰਕੇ ਜਿੱਤ ਸਕੀਏ। ਸੋ ਧੰਨਵਾਦ।